ਫਿਰੋਜ਼ਪੁਰ ਦੀ ਭਾਰਤ-ਪਾਕ ਸਰਹੱਦ ਤੋਂ BSF ਅਤੇ ਕਾਊਂਟਰ ਇੰਟੈਲੀਜੈਂਸ ਨੇ ਸਾਂਝੀ ਆਪਰੇਸ਼ਨ ਦੌਰਾਨ ਪਾਕ ਤਸਕਰਾਂ ਵੱਲੋਂ ਭਾਰਤ ਵਿੱਚ ਭੇਜੀ ਜਾ ਰਹੀ 5 ਕਿਲੋ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਹ ਹੈਰੋਇਨ BSF ਦੀ 136ਵੀਂ ਬਟਾਲੀਅਨ ਅਤੇ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਨੇ ਸਾਂਝੀ ਆਪਰੇਸ਼ਨ ਦੌਰਾਨ BSF ਦੀ ਚੈੱਕ ਪੋਸਟ ਬਾਰੀਕੀ ਦੀ ਹੱਦ ਤੋਂ ਬਰਾਮਦ ਕੀਤੀ ਹੈ। ਅਧਿਕਾਰੀਆਂ ਵੱਲੋਂ ਇਸ 5 ਕਿਲੋ ਹੈਰੋਇਨ ਦੀ ਅੰਤਰਰਾਸ਼ਟਰੀ ਪੱਧਰ ਤੇ ਕੀਮਤ 25 ਕਰੋੜ ਦੱਸੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ BSF ਅਤੇ ਕਾਊਂਟਰ ਇੰਟੈਲੀਜੈਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਧੁੰਦ ਦਾ ਫਾਇਦਾ ਚੁੱਕਦੇ ਹੋਏ ਭਾਰਤ ਵਿੱਚ 5 ਕਿਲੋ ਹੈਰੋਇਨ ਦੀ ਖੇਪ ਭੇਜੀ ਜਾ ਰਹੀ ਸੀ। ਉਹਨਾਂ ਦੱਸਿਆ ਕਿ BSF ਜਵਾਨਾਂ ਵੱਲੋਂ ਲਗਭਗ 4:30 ਵਜੇ ਦੇ ਕਰੀਬ ਪਾਕਿਸਤਾਨ ਦੇ ਤਸਕਰਾਂ ਵੱਲੋਂ ਹੋਈ ਹਿਲਜੁਲ ਨੂੰ ਦੇਖਿਆ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਲਲਕਾਰਿਆ ਗਿਆ ਤੇ ਉਹਨਾਂ ਤੇ ਫਾਇਰਿੰਗ ਕੀਤੀ ਗਈ, ਜਿਸ ਤੋਂ ਬਾਅਦ ਪਾਕਿਸਤਾਨੀ ਤਸਕਰ ਵਾਪਸ ਪਾਕਿਸਤਾਨ ਵੱਲ ਭੱਜ ਗਏ। ਜਦੋਂ ਇਲਾਕੇ ਨੂੰ ਸਰਚ ਕੀਤਾ ਗਿਆ ਤਾਂ ਉੱਥੋਂ 5 ਕਿਲੋ ਹੈਰੋਇਨ ਬਰਾਮਦ ਹੋਈ ਹੈ। ਇਹ 136 ਬੀਐਨ BSF KMS ਵਾਲਾ ਜਿਸ ਕੀ ਇੱਕ BOP ਹੈ ਬੈਰੀਕੇ, ਇਹ ਬੈਰੀਕੇ BOP ਕੀ AOR ਮੇ ਹੋਇਆ। ਇਹ ਹਮਾਰੇ ਪਾਸ CI ਫਿਰੋਜ਼ਪੁਰ ਕੀ ਇਨਫੋਰਮੇਸ਼ਨ ਥੀ, CI ਫਿਰੋਜ਼ਪੁਰ ਕੇ ਨੁਮਾਇੰਦੇ ਵੀ ਹਮਾਰੇ ਸਾਥ ਮੇ ਥੇ, ਤੋ ਉਸੀ ਕੋ ਮੱਦੇਨਜ਼ਰ ਰੱਖਤੇ ਹੋਏ ਹਮਨੇ ਸਪੈਸ਼ਲ ਆਪਰੇਸ਼ਨ ਪਲਾਨ ਕੀਆ ਥਾ। ਜੋ ਰਾਤ ਕੋ ਫੋਗ ਬਹੁਤ ਜ਼ਿਆਦਾ ਥਾ ਔਰ ਤੋ ਜਬ ਜ਼ਿਆਦਾ ਫੋਗ ਹੋ ਗਈ ਹੈ ਤੋ ਉਸ ਟਾਈਮ ਪੇ ਉਹ ਬੰਦੇ ਆਏ ਥੇ ਔਰ ਫੈਂਸਿੰਗ ਕੇ ਉੱਪਰ ਕੋ ਥਰੋ ਕੀ ਗਈ ਕਿ ਜੈਸੇ ਵੀ ਕਲਾਈਮੇਟਿਕ ਕੰਡੀਸ਼ਨ ਐਡਵਰਸ ਹੋਤੀ ਹੈ ਹਮਾਰੇ ਲੀਏ ਤੋ ਵੋ ਉਸਕੇ ਲੀਏ ਇਸ ਮੰਗਲਰ ਕੇ ਲੀਏ ਫੇਵਰੇਬਲ ਹੋ ਜਾਤੀ ਹੈ। ਨਹੀਂ ਇਸਮੇ ਕੋਈ ਬੰਦਾ ਨਹੀਂ ਹੈ ਔਰ ਫਾਇਰਿੰਗ ਹੋਈ ਥੀ ਇਸਮੇ ਮਗਰ ਵੋ ਬੰਦੇ ਬਚ ਕੇ ਭਾਗ ਗਏ। ਜੋ ਹਮਾਰੀ ਰਿਕਾਰਡਿੰਗ ਹੈ ਹਮਾਰੇ ਜੋ ਸਪੈਸ਼ਲ ਇਕਵਿਪਮੈਂਟ ਹੈ ਉਸਕੇ ਅਨੁਸਾਰ ਪਹਿਲੇ 3 ਬੰਦੇ ਆ ਰਹੇ ਥੇ ਮਗਰ ਵਹਾਂ ਤੱਕ 2 ਹੀ ਬੰਦੇ ਪਹੁੰਚੇ ਹੈ ਔਰ 2 ਹੀ ਬੰਦੇ ਵੋ ਫੈਂਸਿੰਗ ਕੀ ਤਰਫ ਅਸੈਸ ਕੀਏ। ਇਸਕੀ ਅੰਤਰਰਾਸ਼ਟਰੀ ਮਾਰਕੀਟ ਕੀਮਤ ਤੋਂ ਮੈਂ ਬਤਾ ਨਹੀਂ ਸਕਤਾ ਮਗਰ ਜੋ ਅਸੈਸਮੈਂਟ ਜੋ ਚੱਲ ਰਿਹਾ ਹੈ ਅੱਜ ਕੱਲ੍ਹ ਜੋ ਮਾਰਕੀਟ ਮੇ ਵੈਲਿਊ ਜੋ ਹਮ ਪੇਪਰ ਮੇ ਪੜ੍ਹਤੇ ਹੈ ਇਹ 5 ਕਿਲੋ ਹੈ ਤੋ ਪਰ KG 5 ਕਰੋੜ ਕੇ ਹਿਸਾਬ ਸੇ ਬੈਠਤਾ ਹੈ ਤੋ 25 ਕਰੋੜ ਕੇ ਆਸ ਪਾਸ ਹੈ। ਇਨਫੋਰਮੇਸ਼ਨ ਐਂਡ ਰਿਪੋਰਟ ਸੀਗੀ ਜੀ ਵੀ ਇਹ ਫੈਂਸਿੰਗ ਦੇ ਉੱਤੋਂ ਦੀ ਥਰੋ ਕਰਨਗੇ ਪਾਈਪ ਪਾ ਕੇ ਕਰਨਗੇ ਕਾਫੀ ਵੱਡੀ ਮਾਤਰਾ 'ਚ ਲੱਗਦੀ ਸੀਗੀ ਅਤੇ ਅਸੀਂ ਬੰਦੇ ਅਰੈਸਟ ਵੀ ਕੀਤੇ ਆ। ਇੱਕ ਦਲਜੀਤ ਸਿੰਘ ਨਾਂ ਦਾ ਬੰਦਾ ਵੀ ਅਸੀਂ ਗ੍ਰਿਫਤਾਰ ਕਰ ਲਿਆ, ਇੱਕ ਜੇਲ੍ਹ 'ਚ ਅਮਰੀਕ ਸਿੰਘ ਆ ਉਹ ਵੀ ਉਹਨਾਂ ਨੂੰ ਪੇਰ ਕਰਤਾ। ਇਹਨਾਂ ਦੇ ਨਾਲ ਹੋਰ ਵੀ 2-3 ਬੰਦੇ ਹੈਗੇ ਆ ਜਿਨ੍ਹਾਂ ਦਾ ਇਹ ਸਮਾਨ ਸੀਗਾ। ਸਾਨੂੰ ਪੱਕਾ ਸੀਗਾ ਵੀ ਇੱਥੋਂ ਦੇ ਆਉਣੇ, ਫਿਰ ਅਸੀਂ BSF ਨਾਲ ਜੁਆਇੰਟ ਆਪਰੇਸ਼ਨ ਕਰਕੇ ਅਸੀਂ ਨਾਤੇ ਵਗੈਰਾ ਲਾਏ ਸੀਗੇ। ਤਾਂ ਬਾਕੀ ਤੁਹਾਨੂੰ ਸੀ ਓ ਸਾਹਿਬ ਨੇ ਦੱਸਿਆ ਕਿ ਉਹ 4:30 ਦੇ ਕਰੀਬ ਉੱਧਰੋਂ ਆ ਗਏ ਜਿਹਨਾਂ ਨੇ ਥਰੋ ਕੀਤੇ 5 ਮਿੰਟ ਤਾਂ ਉਸ ਤੋਂ ਬਾਅਦ ਜਦੋਂ ਫਾਇਰਿੰਗ ਉਹਨਾਂ ਨੇ ਕੀਤੀ ਇੱਧਰੋਂ ਫਾਇਰਿੰਗ ਹੋਈ ਤਾਂ ਉਹ ਭੱਜ ਗਏ ਅਤੇ ਕੁਛ ਜਿਹੜਾ ਸੀਗਾ ਸਾਡੇ ਇਨਫੋਰਮੇਸ਼ਨ ਤਾਂ ਉਹ ਜ਼ਿਆਦਾ ਸੀਗਾ ਪਰ ਉਹ ਫਿਰ ਵਾਪਸ ਲੈ ਗਿਆ ਬੰਦੇ ਅਤੇ ਇੱਧਰ ਅਸੀਂ ਬੰਦਾ ਇੱਕ ਅਰੈਸਟ ਕਰ ਲਿਆ ਅਤੇ ਜਿਹੜਾ ਬੰਦਾ ਦੂਸਰਾ ਹੈਗਾ ਉਹ ਜੇਲ੍ਹ 'ਚ ਉਹਨੂੰ ਅਸੀਂ ਪ੍ਰੋਟੈਕਸ਼ਨ ਮਾਰਟ 'ਤੇ ਲਿਆ ਕੇ ਉਹਨਾਂ ਦੀ ਅੱਗੇ ਫਰਦਰ ਇਨਵੈਸਟੀਗੇਸ਼ਨ ਕਰ। ਫਿਰੋਜ਼ਪੁਰ ਤੋਂ ਗੁਰਮੇਜ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।